ਪਤਾ ਇੱਕ ਵਾਰ ਦੇ ਵਿੱਚ ਇੱਕ ਐਕਸ਼ਨ ਲੈ ਪਾਦਾ ਹੈਗਾ ਆ ਉਸ ਨੂੰ ਹੋਰ ਦੂਸਰੇ ਐਕਸ਼ਨ ਦਾ ਪਤਾ ਹੀ ਨਹੀਂ ਹੈਗਾ ਆ ਅਗਰ ਮੰਨ ਲਓ ਕਿਸੇ ਬੱਚੇ ਨੂੰ ਫੜ ਲਿਆ ਆ ਕਿਸੇ ਜਾਨਵਰ ਨੂੰ ਫੜ ਲਿਆ ਡੌਗ ਨੇ ਫੜਬੜਾਣਾ ਨਹੀਂ ਚਾਹੀਦਾ ਹੈਗਾ ਆ ਸਾਰਿਆਂ ਨੂੰ ਪਹਿਲਾਂ ਸ਼ਾਂਤ ਰਵੋ ਡੌਗ ਨੇ ਇੱਕ ਬੱਚੇ ਨੂੰ ਫੜਿਆ ਹੋਇਆ ਹੈ ਇੱਕ ਜਾਨਵਰ ਨੂੰ ਫੜਿਆ ਹੋਇਆ ਤੁਸੀਂ ਬੇਚ ਚਕੋ ਕੇ ਆਪਣੀ ਬੈਲਟੋ ਦੇ ਗਲ ਦੇ ਵਿੱਚ ਪਾ ਕੇ ਲੋਕ ਛਡਵਾ ਦਿਓ ਤੇ ਲੋਕ ਛਡਵਾਣਸ ਆ ਰਹੀ ਉਹਨੂੰ ਤੁਰਲੋ ਲੈ ਕੇ ਡੌਗ ਨੂੰ ਰੁਕੋ ਨਾ ਕੋਈ ਵੀ ਡੌਗ ਸੇਫ ਹੈ ਘਰ ਦੇ ਵਿੱਚ ਰੱਖਣਾ ਚਾਹੇ ਉਹ ਅਮਰੀਕਨ ਬੁਲੀਆ ਪਿਟਬੁਲ ਹੈ ਕੋਈ ਵੀ ਗਾਰਡ ਡੌਗ ਸਾਰਿਆਂ ਨੂੰ ਪਹਿਲਾਂ ਹੈਗਾ ਉਸ ਨੂੰ ਰੱਖਣ ਦਾ ਤਰੀਕਾ ਕੱਸੀ ਕਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅ ਅੱਜ ਦੀ ਜੋ ਵੀਡੀਓ ਜਾਣ ਵਾਲੀ ਆ ਉਹ ਹੋਏਗੀ ਪਿਟਬੁੱਲ ਤੇ ਹੋਰ ਆਵਾਰਾਂ ਕੁੱਤਿਆਂ ਦੇ ਉੱਤੇ ਕਿ ਇਹ ਜੇਕਰ ਤੁਹਾਡੇ ਉੱਤੇ ਅਟੈਕ ਕਰਦੇ ਨੇ ਤਾਂ ਇਹਨਾਂ ਨੂੰ ਬਚਾ ਕੇ ਮੇ ਕੀਤਾ ਜਾ ਸਕੇ ਖਾਸ ਕਰਦੇ ਉਤੇ ਬਹੁਤ ਸਵਾਲ ਆਉਂਦੇ ਨੇ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਛੋਟੇ ਬੱਚਿਆਂ ਦੇ ਉਤੇ ਜੋ ਪਿਟਬੋਲ ਐ ਇਹ ਅਟੈਕ ਕਰਦਾ ਪਹਿਲਾਂ ਬਹੁਤ ਵੀਡੀਓ ਦੇਖਿਆ ਨੇ ਆਪਾਂ ਕਿ ਪਿਟਬੋਲ ਕੁੱਤਿਆਂ ਨੂੰ ਗੋਲੀਆਂ ਵੀ ਮਾਰਨ ਲੱਗੇ ਸੀ ਸ਼ੌਂਕ ਗੱਲ ਵੱਖਰੀ ਐ ਪਰ ਇਹਨਾਂ ਦਾ ਇਲਾਜ ਕੀ ਐ ਕੀ ਇਹਨਾਂ ਨੂੰ ਇਹਨਾਂ ਦੇ ਉਤੇ ਕਾਬੂ ਪਾਇਆ ਜਾ ਸਕਦਾ ਜੇਕਰ ਕੋਈ ਵੀ ਕੁੱਤਾ ਤੁਹਾਨੂੰ ਕੋਈ ਬਾਹ ਨੂੰ ਫੜਦਾ ਤੁਹਾਡੀ ਲੱਤ ਨੂੰ ਇਸ ਤਰ੍ਹਾਂ ਨਾਲ ਗ੍ਰਿਪ ਪਾ ਲੈਂਦਾ ਤਾਂ ਆਪਾਂ ਕੀ ਕਰਦੇ ਆ ਜ਼ਿਆਦਾਤਰ ਉਹਨਾਂ ਦੇ ਉੱਤੇ ਅਗਰੈਸਿਵਨੈਸ ਦਿਖਾਉਂਦੇ ਆ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਡੰਡੇ ਮਾਰ ਕੇ ਉਹਨਾਂ ਨੂੰ ਸਾਈਡ ਤੇ ਕਰਦੇ ਆ ਪਰ ਉਹ ਜ਼ਿਆਦਾ ਹੋਰ ਭੜਕ ਜਾਂਦਾ ਸੋ ਅੱਜ ਜੋ ਮੇਰੇ ਨਾਲ ਸਖਸ਼ੀਅਤ ਮੌਜੂਦ ਨੇ ਉਹ ਡੌਗ ਟ੍ਰੇਨਰ ਨੇ ਡੌਗ ਬਿਹੇਵੀਅਰ ਟ੍ਰੇਨਰ ਨੇ ਉਹ ਦੱਸਣਗੇ ਆਪਾਂ ਨੂੰ ਕਿ ਕਿਸ ਤਰ੍ਹਾਂ ਨਾਲ ਇਹ ਕੁੱਤਿਆਂ ਤੋਂ ਬਚਿਆ ਜਾ ਸਕਦਾ ਤੇ ਖਾਸ ਤੌਰ ਦੇ ਉੱਤੇ ਜੋ ਮੇਨ ਵੀਡੀਓ ਰਹਿਣ ਵਾਲੀ ਹੈ ਕਿ ਇਸ ਜੌ ਨੂੰ ਇਸ ਜੋ ਜਬਾੜਾ ਇਸ ਨੂੰ ਲੋਕ ਨੂੰ ਜੋ ਲੱਗ ਗਿਆ ਇਸ ਨੂੰ ਅਨਲੌਕ ਕਿਵੇਂ ਕਰਨਾ ਬਹੁਤ ਹੀ ਸਿੰਪਲ ਤਰੀਕੇ ਦੇ ਵਿੱਚ ਮਿਲਦੇ ਆਪਾਂ ਗੱਲ ਕਰਾਂਗੇ ਮੇਰੇ ਨਾਲ ਰਿਸ਼ੀ ਠਾਪਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਕੁਐਸਚਨ ਇਹੀ ਕਰੂੰਗਾ ਤੁਹਾਨੂੰ ਕਿ ਉਹ ਕੁੱਤੇ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਜੇਕਰ ਉਹ ਤੁਹਾਨੂੰ ਫੜ ਲੈਂਦਾ ਪਹਿਲਾ ਕੁਐਸਚਨ ਹੈ ਜੀ ਜੀ ਦੇਖੋ ਵੀਰ ਜੀ ਸਾਰਿਆਂ ਨਾਲੋਂ ਪਹਿਲਾਂ ਇਹ ਹੈ ਹਮ ਕਿ ਕਦੀ ਵੀ ਸਾਨੂੰ ਕੋਈ ਵੀ ਡੌਗ ਤੋਂ ਘਬਰਾਣਾ ਨਹੀਂ ਚਾਹੀਦਾ ਹੈਗਾ ਆ ਉਸ ਡੌਗ ਤੋਂ ਸਾਨੂੰ ਦੇਖ ਕੇ ਉਸ ਨੂੰ ਹੜਬੜਾਣਾ ਨਹੀਂ ਚਾਹੀਦਾ ਹੈਗਾ ਆ ਸਾਰਿਆਂ ਨੂੰ ਪਹਿਲਾਂ ਸ਼ਾਂਤ ਰਵੋ ਹਮ ਅਗਰ ਮੰਨ ਲਓ ਕਿਸੇ ਬੱਚੇ ਨੂੰ ਫੜ ਲਿਆ ਆ ਕਿਸੇ ਜਾਨਵਰ ਨੂੰ ਫੜ ਲਿਆ ਡੌਗ ਨੇ ਤਾਂ ਸਾਰਿਆਂ ਨਾਲ ਪਹਿਲਾਂ ਅਸੀਂ ਆਪਣੀ 벨ਟ ਕੱਢੀਏ ਕਿਉਂਕਿ 벨ਟ ਸਾਰਿਆਂ ਦੇ ਹੀ ਕਮਰ ਨੂੰ ਸਾਰਿਆਂ ਦੀ ਪੈਂਟ ਨਾਲ ਲੱਗੀ ਹੁੰਦੀ ਆ ਅਸੀਂ 벨ਟ ਕੱਢੀਏ ਸਾਰਿਆਂ ਨਾਲੋਂ ਪਹਿਲਾਂ ਕਿਉਂਕਿ ਕੁੱਤਾ ਇੱਕ ਵਾਰ ਦੇ ਵਿੱਚ ਇੱਕ ਐਕਸ਼ਨ ਹੀ ਲੈ ਸਕਦਾ ਆ ਜਾਂ ਤਾਂ ਉਹ ਵੱਢ ਸਕਦਾ ਆ ਜਾਂ ਉਹ ਦੂਜਾ ਕੰਮ ਕਰ ਸਕਦਾ ਕੋਈ ਤੁਰ ਸਕਦਾ ਆ ਤੇ ਕਦੀ ਵੀ ਸਾਨੂੰ ਜਿਹੜਾ ਹੈ ਹੜਬੜਾਣਾ ਨਹੀਂ ਚਾਹੀਦਾ ਆਪਣੀ 벨ਟ ਕੱਢੋ ਜੇ ਉਹਨੇ ਕਿਸੇ ਦੀ ਲੱਤੀ ਆ ਵਾਹ ਨੂੰ ਫੜਿਆ ਹੋਇਆ ਆ ਤਾਂ ਅਸੀਂ ਸਾਰਿਆਂ ਨਾਲ ਪਹਿਲਾਂ ਉਸ ਦੇ ਗਲ ਦੇ ਵਿੱਚ 벨ਟ ਪਾ ਕੇ ਉਹਨੂੰ ਕੱਸ ਲਈਏ ਇੱਕ ਬੰਦਾ ਉਸ ਨੂੰ ਫੜ ਲਵੇ ਤੇ ਦੂਜਾ ਬੰਦਾ ਕਰ ਸਕਦਾ ਆ ਆਪਣੀ ਪਾਕਟ ਚੋਂ ਪੈਨ ਕੱਢ ਸਕਦਾ ਆ ਜਾਂ ਫਿਰ ਉਹ ਆਪਣੇ ਜੇਬ ਦੇ ਵਿੱਚ ਰੱਖੀ ਹੋਈ ਕੋਈ ਵੀ ਚਾਬੀ ਯੂਜ਼ ਕਰ ਸਕਦਾ ਹੈਗਾ ਆ ਸਿਰਫ ਕਰਨਾ ਕੀ ਹੈਗਾ ਆ ਬਿਨਾ ਹੜਬੜਾਏ ਇੱਕ ਬੰਦੇ ਨੇ ਫੜਿਆ ਹੋਇਆ ਦੂਜਾ ਬੰਦਾ ਉਹਨੂੰ ਕਲਿੱਕ ਕਰ ਸਕਦਾ ਉਹਦੇ ਜਵਾੜੇ ਦੇ ਵਿੱਚ ਪਾ ਕੇ ਉਹਦੇ ਜੋ ਦੇ ਵਿੱਚ ਪਾ ਕੇ ਉਸ ਨੂੰ ਜੇਕਰ ਥੋੜੇ ਜਿਹਾ ਪੁਸ਼ ਕਰਾਂਗੇ ਉਹਨੇ ਡੌਗ ਨੂੰ ਕੋਈ ਹਾਮ ਨਹੀਂ ਹੋਊਗਾ ਆ ਅਨਲੌਕ ਹੋ ਜਾਊਗਾ ਉਸੀ ਟਾਈਮ ਉਹ ਜਵਾੜੇ ਨੂੰ ਛੱਡ ਦੇਊਗਾ ਸਿਰਫ ਬਿਨਾ ਕਬਰਾਏ ਹੋਏ ਕਰਨਾ ਹੈ ਕੰਮ ਜੇ ਤੁਸੀਂ ਕਬਰਾਗੇ ਫਿਰ ਤੁਸੀਂ ਪ੍ਰੋਪਰ ਤਰੀਕੇ ਨਾਲ ਲੋਕ ਨਹੀਂ ਖੋਲ ਪਾਹੋਗੇ ਤੁਸੀਂ ਇੱਕ ਚਾਬੀ ਦੇ ਸਹਾਰੇ ਇੱਕ ਪੈਨ ਦੇ ਸਹਾਰੇ ਜਾਂ ਕੋਈ ਵੀ ਇੱਕ ਡੰਡਾ ਛੋਟਾ ਜਾਂ ਸਟਿਕ ਕਿਸੇ ਵੀ ਤਰੀਕੇ ਨਾਲ ਤੁਸੀਂ ਇਹ ਯੂਜ਼ ਕਰਕੇ ਉਸ ਦੇ ਜੋ ਤੋਂ ਅਨਲੌਕ ਕਰ ਸਕਦੇ ਹੋ ਰਿਸ਼ੀ ਜੀ ਵੱਡਾ ਸਵਾਲ ਇਹ ਹੈ ਤੁਸੀਂ ਵਿਧੀ ਤਾਂ ਸਾਨੂੰ ਦੱਸ ਦਿੱਤੀ ਕਿ ਇੱਕ ਪੈਨ ਨਾਲ ਵੀ ਖੋਲ ਸਕਦੇ ਹੋ ਵੈਸੇ ਮੈਨੂੰ ਲੱਗਦਾ ਜਿੰਨੇ ਵੀ ਸਾਡੇ ਦੋਸਤ ਮਿੱਤਰ ਸਾਨੂੰ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਪੈਨ ਔਰ ਚਾਬੀ ਨਾਲ ਵੀ ਇੱਕ ਕੁੱਤੇ ਦਾ ਪਿਟਬੁਲ ਦਾ ਲੌਕ ਖੋਲਿਆ ਜਾ ਸਕਦਾ ਜਵਾੜੇ ਦਾ ਬਿਲਕੁਲ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ ਪਰ ਵੱਡਾ ਸਵਾਲ ਇੱਥੇ ਇਹ ਹੈ ਆਮ ਤੌਰ ਦੇ ਤੇ ਦੇਖਿਆ ਜਾਂਦਾ ਵੀ ਜਿੰਨੇ ਵੀ ਹੁਣ ਵੀਡੀਓ ਵੀ ਆਏ ਨੇ ਕੋਈ ਗਲੀ ਦੇ ਵਿੱਚ ਜਾਂ ਮੁਹੱਲੇ ਦੇ ਵਿੱਚ ਕੋਈ ਇੱਕ ਪਿੱਟ ਬੁੱਲ ਖੁੱਲਾ ਫਿਰ ਰਿਹਾ ਤੇ ਉਸ ਨੇ ਬੱਚੇ ਨੂੰ ਝੱਪਟਾ ਮਾਰ ਲਿਆ ਬੱਚੇ ਦੀ ਲੱਤ ਨੂੰ ਫੜ ਲਿਆ ਤਾਂ ਉੱਥੇ ਉਹਨੂੰ ਅਗਰੈਸਿਵ ਹੋ ਕੇ ਲੋਕ ਕੀ ਕਰਦੇ ਨੇ ਹਰ ਇੱਕ ਇਨੀਸ਼ੀਏਟਿਵ ਨਹੀਂ ਲੈਂਦਾ ਕਿ ਮੈਂ ਉਹਨੂੰ ਇਹ ਚੀਜ਼ ਕਰ ਸਕਾਂ ਜੋ ਵਿਧੀ ਤੁਸੀਂ ਦੱਸਿਆ ਤਾਂ ਉਹਦੇ ਇੱਟਾ ਰੋੜੇ ਮਾਰਦੇ ਨੇ ਤਾਂ ਕੀ ਥਰਡ ਪਰਸਨ ਜਿਹੜਾ ਕਿ ਅਨਨੋਨਸ ਕੁੱਤੇ ਲਈ ਉਸ ਨੂੰ ਉਹ ਜੋਸ਼ ਡਾਉਣਾ ਜਾਂ ਉਸ ਦੇ ਉੱਤੇ ਲਾਅ ਖੋਲੇਗਾ ਤਾਂ ਕੀ ਉਹ ਬੰਦਾ ਸੇਫ ਹੈ ਜੇਕਰ ਉਹ ਉਸ ਨੂੰ ਖੋਲੇਗਾ ਕਿ ਉਹ ਸੇਫ ਹੈ ਖੁਦ ਕੁੱਤਾ ਹੋਰ ਇਹ ਨਾ ਨਾ ਹੋਵੇ ਕਿ ਬੱਚਿਆਂ ਨੂੰ ਛੱਡ ਕੇ ਕੁੱਤਾ ਉਸ ਬੰਦੇ ਨੂੰ ਫੜ ਲਵੇ ਇਹਦੇ ਬਾਰੇ ਕੀ ਕਹਿਣਾ ਜੀ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਤੁਸੀਂ ਡੌਗ ਦਾ ਐਨਸਾਈਕਲੋਪੀਡੀਆ ਪੜ੍ਹ ਸਕਦੇ ਹੋ ਡੌਗ ਇੱਕ ਵਾਰ ਦੇ ਵਿੱਚ ਇੱਕ ਐਕਸ਼ਨ ਲੈ ਸਕਦਾ ਹੈਗਾ ਆ ਇੱਕ ਵੱਡੀ ਮਿਸਾਲ ਜਦ ਅਸੀਂ ਦੇਖਦੇ ਹਾਂ ਡਰਾਈਵ ਕਰਦੇ ਹੋਏ ਸੜਕ ਤੇ ਜਾਂਦੇ ਹਾਂ ਕੁੱਤੇ ਗੱਡੀਆਂ ਦੇ ਥੱਲੇ ਆ ਕੇ ਮਰੇ ਹੋਏ ਸੜਕਾਂ ਦੇ ਉੱਪਰ ਪਏ ਹੁੰਦੇ ਨੇ ਉਹਦਾ ਕਾਰਨ ਇਹ ਹੈ ਕਿ ਕੁੱਤਾ ਇੱਕ ਵਾਰ ਦੇ ਵਿੱਚ ਇੱਕ ਐਕਸ਼ਨ ਲੈ ਪਾਉਂਦਾ ਹੈਗਾ ਆ ਉਸ ਨੂੰ ਹੋਰ ਦੂਸਰੇ ਐਕਸ਼ਨ ਦਾ ਪਤਾ ਹੀ ਨਹੀਂ ਹੈਗਾ ਆ ਸਿਰਫ ਉਹਦਾ ਦਿਮਾਗ ਉਹ ਇਹ ਹੁੰਦਾ ਕਿ ਇਸ ਇਸ ਸੜਕ ਦੇ ਦੂਜੇ ਪਾਸੇ ਦੂਜੇ ਬੰਨੇ ਜਾਣਾ ਹੈਗਾ ਆ ਤਾਂ ਉਹਦਾ ਦਿਮਾਗ ਇੱਕ ਪਾਸੇ ਸਟਕ ਹੁੰਦਾ ਜਾਂਦਾ ਉਹ ਇਹ ਨਹੀਂ ਦੇਖਦਾ ਕਾਰ ਆ ਰਹੀ ਹੈ ਟਰੱਕ ਆ ਰਿਹਾ ਹੈ ਜਾਂ ਕੋਈ ਵੀ ਵਾਈਕਲ ਆ ਰਿਹਾ ਹੈ ਉਹਦਾ ਇੱਕ ਪਾਸੇ ਇੱਕ ਐਕਸ਼ਨ ਹੁੰਦਾ ਕਿ ਮੈਨੇ ਪਾਰ ਕਰਨਾ ਹੈ ਉਹਨੂੰ ਟੱਚ ਹੁੰਦਾ ਤੇ ਮਰ ਜਾਂਦਾ ਆ ਸਾਰਿਆਂ ਨਾਲ ਵੱਡੀ ਮਿਸਾਲ ਇਸ ਕਰਕੇ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਡੌਗ ਇੱਕ ਵਾਰ ਦੇ ਵਿੱਚ ਇੱਕ ਐਕਸ਼ਨ ਲੈ ਸਕਦਾ ਆ ਕਿਉਂਕਿ ਸ਼ੁਰੂ ਤੋਂ ਇਹਨੂੰ ਸ਼ਿਕਾਰ ਲਈ ਪਾਲਿਆ ਗਿਆ ਆ ਕਿਉਂਕਿ ਇਹ ਪ੍ਰੈਜ਼ੈਂਟ ਦੇ ਵਿੱਚ ਰਹਿੰਦਾ ਕੋਈ ਵੀ ਡੌਗ ਜਦ ਅਸੀਂ ਉਸ ਨੂੰ ਇੱਕ ਅਜਿਹੇ ਹੋਏ ਜਾਨਵਰ ਦੇ ਉੱਪਰ ਛੜਦੇ ਆ ਉਸ ਨੂੰ ਮਾਰਨ ਵਾਸਤੇ ਸ਼ਿਕਾਰ ਵਾਸਤੇ ਤਾਂ ਉਸ ਤੇ ਫੋਕਸ ਕਰਕੇ ਰੱਖਦਾ ਉਹ ਬਾਕੀ ਚੀਜ਼ਾਂ ਸਾਰੀਆਂ ਭੁੱਲ ਜਾਂਦਾ ਉਹ ਪ੍ਰੈਜ਼ੈਂਟ 'ਚ ਰਹਿੰਦਾ ਉਹਨੂੰ ਪਾਸਟ ਔਰ ਫਿਊਚਰ ਦਾ ਨਹੀਂ ਪਤਾ ਉਸ ਟਾਈਮ ਸਿਰਫ ਉਹ ਪ੍ਰੈਜ਼ੈਂਟ ਦੇ ਵਿੱਚ ਹਮਲਾ ਕਰਦਾ ਆ ਇਸੇ ਲਈ ਅਸੀਂ ਸ਼ੁਰੂ ਤੋਂ ਹੀ ਸਾਡੇ ਪੁਰਖੇ ਜਿਹੜੇ ਫੋਰ ਫਾਦਰ ਆ ਸਾਡੇ ਡੌਗਸ ਪਾਲਦੇ ਆਏ ਆ ਸ਼ਿਕਾਰ ਦੇ ਲਈ ਪ੍ਰੋਟੈਕਸ਼ਨ ਦੇ ਲਈ ਤੇ ਕਦੀ ਵੀ ਉਹ ਜੇ ਤੁਸੀਂ ਡੌਗ ਨੇ ਇੱਕ ਬੱਚੇ ਨੂੰ ਫੜਿਆ ਹੋਇਆ ਹੈ ਇੱਕ ਜਾਨਵਰ ਨੂੰ ਫੜਿਆ ਹੋਇਆ ਤੁਸੀਂ ਬੇਚ ਚਕੋ ਕੇ ਆਪਣੀ ਬੈਲਟੋ ਦੇ ਗਲ ਦੇ ਵਿੱਚ ਪਾ ਕੇ ਲੋਕ ਛੜਵਾ ਦਿਓ ਤੇ ਲੋਕ ਛੜਵਾਂਸ ਆ ਰਹੀ ਉਹਨੂੰ ਤੁਰਨੋ ਲੈ ਕੇ ਡੌਗ ਨੂੰ ਰ ਕਿਉਂਕਿ ਉਹਦਾ ਇੱਕ ਪਾਸੇ ਦਿਮਾਗ ਫਿਕਸ ਸਿਗਾ ਜਾਂ ਜਾਂ ਤਾਂ ਉਹ ਬੱਚੇ ਨੂੰ ਵੱਡੂਗਾ ਜਾਂ ਫਿਰ ਉਹ ਤੁਹਾਡੇ ਨਾਲ ਤੁਰਨ ਲੱਗ ਜਾਊਗਾ ਸਹੀ ਤਰੀਕੇ ਨਾਲ ਅਗਰ ਤੁਸੀਂ ਉਸ ਨੂੰ ਖੁੱਲਾ ਛੱਡ ਦੋਗੇ ਫਿਰ ਉਹ ਰੈਂਡਮ ਅਟੈਕ ਕਰ ਸਕਦਾ ਉਸ ਤੋਂ ਪਹਿਲਾਂ ਉਹ ਰੈਂਡਮ ਅਟੈਕ ਨਹੀਂ ਕਰੂਗਾ ਅਗਰ ਤੁਸੀਂ ਉਸਤੇ ਕਮਾਂਡ ਕਰੋਗੇ ਗ੍ਰਿਪ ਕਰਕੇ ਉਸ ਨੂੰ 벨ਟ ਨਾਲ ਪਾ ਕੇ ਲੈ ਕੇ ਜਾਓਗੇ ਉਹ ਕਿਸੇ ਨੂੰ ਨਹੀਂ ਵੱਡੂਗਾ ਇਹ ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ ਰਿਸ਼ੀ ਜੀ ਚਲੋ ਆ ਤਾਂ ਤੁਸੀਂ ਬਹੁਤ ਵਧੀਆ ਵਿਧੀਆਂ ਦੱਸਤੀਆਂ ਜੀ ਹੁਣ ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ ਹਰ ਇੱਕ ਦੇ ਮਨ ਦੇ ਵਿੱਚ ਹੀ ਹੁੰਦਾ ਜੇਕਰ ਉਹ ਚਪਟੇ ਮੂੰਹ ਵਾਲਾ ਕੁੱਤਾ ਤੇ ਪੂੰਛ ਵੱਡੀ ਵਾਲਾ ਕੁੱਤਾ ਦੇਖੇ ਤਾਂ ਇਹ ਉਹ ਪਿੱਟ ਬੁੱਲ ਹੈ ਜੀ ਹਾਂਜੀ 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 ਤਾਂ ਪਿੱਟ ਬੁੱਲ ਅਮਰੀਕਨ ਬੁਲੀ ਜਾਂ ਪਾਕਿਸਤਾਨ ਬੁਲੀ ਇਹਨਾਂ ਚ ਡਿਫਰੈਂਸ ਕੀ ਆ ਪਹਿਲਾ ਸਵਾਲ ਦੂਜੇ ਨੰਬਰ ਤੇ ਇਹ ਵੀ ਦੱਸ ਦਿਓ ਕਿ ਕੀ ਇਹ ਘਰਾਂ ਦੇ ਵਿੱਚ ਰੱਖਣੇ ਸੇਫ ਨੇ ਕੀ ਕਿੰਨੇ ਕੁ ਖਤਰਨਾਕ ਨੇ ਕੁੱਤੇ ਹਾਂਜੀ ਹਾਂਜੀ ਜੀ ਜ਼ਰੂਰ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਹੈਗਾ ਆ ਲੋਕਾਂ ਨੇ ਪਿੱਟ ਬੂਲ ਪਿੱਟ ਬੂਲ ਕਰਕੇ ਜਿਹਦੇ ਕੰਨ ਵੱਡੇ ਹੋਏ ਨੇ ਇਹ ਜਿਹਦੀ ਪੂੰਛ ਵੱਡੀ ਹੋਈ ਆ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੀ ਜ਼ਹਿਨ ਦੇ ਵਿੱਚ ਉਹਨਾਂ ਦੇ ਇਹ ਆਉਂਦਾ ਕਿ ਇਹ ਪਿਟਬੂਲ ਹੈ ਇਸ ਤੋਂ ਪਰੇ ਰਵੋ ਦੇਖੋ ਜੀ ਕੁੱਤਾ ਚਾਹੇ ਕੋਈ ਗਾਰਡ ਡੌਗ ਹੈ ਚਾਹੇ ਕੋਈ ਫੈਮਿਲੀ ਡੌਗ ਹੈ ਚਾਹੇ ਕੋਈ ਇੱਕ ਟੌਏ ਡੌਗ ਹੈਗਾ ਆ ਇਹਨਾਂ ਦਾ ਦਿਮਾਗ ਸਾਰਿਆਂ ਦਾ ਇੱਕ ਤਰ੍ਹਾਂ ਦਾ ਹੀ ਹੁੰਦਾ ਹੈ ਇੱਕ ਡੌਗ ਦਾ ਇੱਕ ਹਿਊਮਨ ਬੀਇੰਗ ਦੇ 3 ਤੋਂ 4 ਸਾਲ ਦੇ ਬੱਚੇ ਜਿੰਨਾ ਹੀ ਦਿਮਾਗ ਡਿਵੈਲਪ ਕਰਦਾ ਚਾਹੇ ਉਹ 14 ਸਾਲ ਦਾ ਕੁੱਤਾ ਚਾਹੇ ਉਹ 15 ਸਾਲ ਦਾ ਕੁੱਤਾ ਉਹਦਾ ਦਿਮਾਗ ਇੱਕ ਇਨਸਾਨ ਦੇ 3 ਤੋਂ 4 ਸਾਲ ਦੇ ਬੱਚੇ ਜਿੰਨਾ ਹੀ ਡਿਵੈਲਪ ਹੁੰਦਾ ਉਸ ਤੋਂ ਵੱਧ ਡਿਵੈਲਪ ਨਹੀਂ ਹੋ ਸਕਦਾ ਤੇ ਜਿਹੜੀ ਗੱਲ ਰਹਿ ਗਈ ਪਿਟਬੂਲ ਦੀ ਇਹ ਤੂੰ ਘਬਰਾਣਾ ਨਹੀਂ ਚਾਹੀਦਾ ਇਹ ਵੀ ਇੱਕ ਗਾ ਡੌਗ ਹੀ ਹੈਗਾ ਯਾ ਕੋਈ ਏਡੀ ਮਤਲਬ ਜੇ ਕਹੀਏ ਕਿ ਖੁਖਾਰ ਵਾਲਾ ਇਦਾਂ ਦਾ ਜ਼ਾਲਿਮ ਡੌਗ ਨਹੀਂ ਹੈ ਲੋਕਾਂ ਨੇ ਇਹਨੂੰ ਜ਼ਾਲਿਮ ਬਣਾਇਆ ਹੋਇਆ ਆ ਮਾਰ ਕੁੱਟ ਕੇ ਲੜਾਈਆਂ ਕਰਾ ਕੇ ਫਾਈਟਾਂ ਕਰਾ ਕੇ ਤੇ ਸ਼ਿਕਾਰਾਂ ਤੇ ਲਾ ਕੇ ਇਹਨੂੰ ਜ਼ਾਲਿਮ ਬਣਾਇਆ ਹੋਇਆ ਹੋਰ ਕੋਈ ਇਹਦੇ ਵਿੱਚ ਕੋਈ ਏਡੀ ਖਾਸ ਡਰਨ ਵਾਲੀ ਗੱਲ ਨਹੀਂ ਹੈ ਹਮ ਇੱਥੇ ਚਾਰ ਤਰ੍ਹਾਂ ਦੀ ਬਰੀਡ ਪਾਈ ਜਾਂਦੀ ਹੈਗੀ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਤੇ ਉਹਦੇ ਵਿੱਚ ਅਮਰੀਕਨ ਬੁਲੀ ਹਮ ਆ ਸਟਾਫੋਰਡਸ਼ਾਇਰ ਬੁਲਟੈਰੀਅਰ ਬੁਲਟੈਰੀਅਰ ਪੈਰਾਟਨੋਸ ਬੁਲਟੈਰੀਅਰ ਔਰ ਜਿਹੜਾ ਹੈਗਾ ਆ ਅਮਰੀਕਨ ਪਿਟਬੂਲ ਪਾਏ ਜਾਂਦੇ ਹੈਗੇ ਆ ਤੇ ਲੋਕ ਇਹਦੀ ਮਿਕਸ ਬਰੀਡ ਕਰਾਈ ਜਾਂਦੇ ਨੇ ਬੁਲਟੈਰੀਅਰ ਨੂੰ ਪਿਟਬੂਲ ਨਾਲ ਮਿਲਾਤਾ ਪਿਟਬੂਲ ਨੂੰ ਅਮਰੀਕਨ ਬੁਲੀ ਨਾਲ ਮਿਲਾਤਾ ਇਦਾਂ ਦੀਆਂ ਜਿਹੜੀਆਂ ਉਹਨਾਂ ਨੇ ਮਤਲਬ ਆਪਣੇ ਹੀ ਜਿਹੜੇ ਅ ਅਵਿਸ਼ਕਾਰ ਕਰ ਲਏ ਹੈਗੇ ਆ ਇਦਾਂ ਦੀਆਂ ਬਰੀਡਾਂ ਨੂੰ ਬਣਾ ਲਿਆ ਹੈਗਾ ਆ ਤੇ ਇਵਨ ਕੀ ਉਹਨਾਂ ਨੂੰ ਇੱਥੇ ਤੱਕ ਅਵੇਅਰਨੈਸ ਨਹੀਂ ਹੈਗੀ ਆ ਕਿ ਇੱਕ ਪਿਟਬੂਲ ਨੂੰ ਜਾਂ ਇੱਕ ਐਨਰਜੈਟਿਕ ਡੌਗ ਨੂੰ ਕਿ ਗਾਰਡ ਡੌਗ ਨੂੰ ਕਿੰਨੀ ਧੇਰ ਐਕਸਰਸਾਈਜ਼ ਦੀ ਜ਼ਰੂਰਤ ਹੁੰਦੀ ਹੈ ਅੱਛੀਆਂ ਖੁਰਾਕਾਂ ਪਾ ਰਹੇ ਨੇ ਉਹਨੂੰ ਅੱਛਾ ਮੀਟ ਦੇ ਰਹੇ ਨੇ ਅੰਡੇ ਦੇ ਰਹੇ ਨੇ ਦੁੱਧ ਦੇ ਰਹੇ ਨੇ ਦਹੀਂ ਆ ਦੇ ਰਹੇ ਨੇ ਬਟ ਫਿਰ ਵੀ ਉਹ ਉਹਨਾਂ ਦੀ ਐਕਸਰਸਾਈਜ਼ ਨਾ ਕਰਾਉਣ ਦੀ ਵਜ੍ਹਾ ਦੇ ਨਾਲ ਉਹਨਾਂ ਦੇ ਅੰਦਰ ਏਡਾ ਜਿਹੜਾ ਹੈਗਾ ਫਰੂਸ਼ਸ ਹਾਰਮੋਨਸ ਗਰੋ ਕਰ ਜਾਂਦੇ ਨੇ ਤੇ ਉਹ ਬਾਹਰ ਜਾਂਸ ਆ ਰਹੀ ਨਾਲ ਹੀ ਉਹ ਫਿਰ ਕੁਛ ਨਾ ਕੁਛ ਐਡਾ ਐਕਸ਼ਨ ਲੈ ਲੈਂਦੇ ਨੇ ਜਿਸ ਕਰਕੇ ਅਸੀਂ ਡਰੇ ਹੋਏ ਆ ਤੇ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਕੋਈ ਵੀ ਗਾਰਡ ਡੌਗ ਰੱਖਦੇ ਹੋ ਉਹਦੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਚਾਹੇ ਉਹ ਪਿਟਬੂਲ ਹੈ ਚਾਹੇ ਉਹ ਬੁਲਟੈਰੀਅਰ ਹੈ ਤੇ ਅਮਰੀਕਨ ਬੁਲੀ ਹੈ ਕੋਈ ਵੀ ਚਾਹੇ ਜਰਮਨ ਸ਼ੈਫਰਡ ਤੱਕ ਹੀ ਆ ਤੁਸੀਂ ਉਹਦੀ ਐਕਸਰਸ ਕੀ ਇਹ ਘਰਾਂ ਦੇ ਵਿੱਚ ਰੱਖਣੇ ਚਾਹੀਦੇ ਨੇ ਜਾਂ ਨਹੀਂ ਚਾਹੀਦੇ ਤੇ ਦੇਖੋ ਜੀ ਮੈਂ ਪਿਛਲੇ 12 ਸਾਲ ਤੋਂ ਡੌਗਸ ਨੂੰ ਟ੍ਰੇਨ ਕਰ ਰਿਹਾ ਹੈਗਾ ਆ ਤੇ ਮੈਂ ਪਿਛਲੇ 12 ਸਾਲ ਤੋਂ ਲੋਕਾਂ ਨੂੰ ਰੀਹੈਬਿਲੀਟੇਟ ਕਰ ਰਿਹਾ ਹਾਂ ਲੋਕਾਂ ਦੇ ਘਰਾਂ ਚ ਜਾ ਕੇ ਸੈਮੀਨਾਰ ਦੇ ਜ਼ਰੀਏ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਭਾਈ ਕੋਈ ਵੀ ਡੌਗ ਸੇਫ ਹੈ ਘਰ ਦੇ ਵਿੱਚ ਰੱਖਣਾ ਚਾਹੇ ਉਹ ਅਮਰੀਕਨ ਬੁਲੀ ਆ ਪਿਟਬੁਲ ਆ ਕੋਈ ਵੀ ਗਾਰਡ ਡੌਗ ਹੈ ਸਾਰਿਆਂ ਨੂੰ ਪਹਿਲਾਂ ਹੈਗਾ ਉਸ ਨੂੰ ਰੱਖਣ ਦਾ ਤਰੀਕਾ ਉਹਦੇ ਲਈ ਇੱਕ ਪਿੰਜਰਾ ਚਾਹੀਦਾ ਉਹਦੇ ਲਈ ਇੱਕ ਪ੍ਰੋਪਰ ਐਕਸਰਸਾਈਜ਼ ਦੀ ਜ਼ਰੂਰਤ ਬੰਦੀ ਹੈ ਜੇ ਤੁਸੀਂ ਉਸ ਨੂੰ ਪ੍ਰੋਪਰ ਪਿੰਜਰਾਂ ਨਹੀਂ ਦੇਵੋਗੇ ਉਸ ਨੂੰ ਪ੍ਰੋਪਰ ਐਕਸਰਸਾਈਜ਼ ਨਹੀਂ ਦੇਵੋਗੇ ਤਾਂ ਫਿਰ ਉਹ ਕੋਈ ਵੀ ਡੌਗ ਹੈ ਚਾਹੇ ਉਹ ਪੱਗ ਹੈ ਤੇ ਚਾਹੇ ਉਹ ਬੇਮਰੀਅਨ ਹੈ ਉਹ ਹਿਊਮਨ ਬੀਿੰਗ ਦੇ ਲਈ ਘਾਤਕ ਹੀ ਸਿੱਧ ਹੋਊਗਾ ਆ ਕੋਈ ਵੀ ਜਿਹੜਾ ਡੌਗ ਹੈਗਾ ਆ ਤੁਸੀਂ ਪਾਲ ਸਕਦੇ ਹੋ ਉਹਤੇ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਕੋਈ ਡੌਗ ਬੈਨ ਨਹੀਂ ਹੈਗਾ ਆ ਕੋਈ ਸੁਪਰੀਮ ਕੋਰਟ ਦਾ ਆਰਡਰ ਨਹੀਂ ਹੈਗਾ ਆ ਇੱਥੇ ਕੋਈ ਵੀ ਜਿਹੜਾ ਹੈਗਾ ਆ ਆਪਣੇ ਐਨੀਮਲ ਹਸਬੈਂਡਰੀ ਦਾ ਕੋਈ ਵੀ ਇਦਾਂ ਦਾ ਕਾਨੂੰਨ ਲਾਗੂ ਨਹੀਂ ਹੈਗਾ ਕਿ ਤੁਸੀਂ ਆਹ ਬਰੀਡ ਨਹੀਂ ਰੱਖ ਸਕਦੇ ਤੇ ਆਹ ਬਰੀਡ ਰੱਖ ਸਕਦੇ ਹੋ ਮਤਲਬ ਇੱਥੇ ਇਦਾਂ ਦਾ ਕੋਈ ਨਹੀਂ ਤੁਸੀਂ ਕੋਈ ਵੀ ਡੌਗ ਰੱਖ ਸਕਦੇ ਹੋ ਸਿਰਫ ਗੱਲ ਕੀ ਹੈ ਉਹਦਾ ਪਾਲਣ ਦਾ ਤਰੀਕਾ ਉਹਦੀ ਕੇਅਰ ਟੇਕਿੰਗ ਦਾ ਤਰੀਕਾ ਉਹਦੀ ਐਕਸਰਸਾਈਜ਼ ਦਾ ਤਰੀਕਾ ਤੁਹਾਨੂੰ ਜ਼ਰੂਰ ਆਣਾ ਚਾਹੀਦਾ ਹੈਗਾ ਤੁਸੀਂ ਕੋਈ ਵੀ ਡੌਗ ਰੱਖੋ ਇਹ ਸਾਰੇ ਡੌਗ ਹੀ ਸਾਰਿਆਂ ਦੇ ਕੈਨਾਈਨ ਪਾਏ ਜਾਂਦੇ ਨੇ ਬੜੇ ਦੰਦ ਪਾਏ ਜਾਂਦੇ ਨੇ ਜਿਹੜੇ ਮਾਸ ਨੂੰ ਫੜਨ ਲਈ ਯੂਜ਼ ਕੀਤੇ ਜਾਂਦੇ ਨੇ ਤੇ ਇਹ ਸਾਰਿਆਂ ਦੇ ਵਿੱਚ ਹੀ ਹੁੰਦਾ ਹੈ ਤੇ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਤੁਸੀਂ ਕੋਈ ਵੀ ਡੌਗ ਹੈਗਾ ਆ 21 ਤਰ੍ਹਾਂ ਦੀ ਉਹਦੀ ਮਾਰ ਹੁੰਦੀ ਹੈ ਜਲਦੀ ਤਰ ਇੱਕ ਤਰ੍ਹਾਂ ਦੀ ਉਹ ਮਾਰ ਹੁੰਦੀ ਹੈ ਧੱਪਰ ਸਾਹਿਬ ਇੱਕ ਸਵਾਲ ਹੋਰ ਹੈ ਕਿ ਪਿਟਬੁੱਲ ਜੋ ਕੁੱਤਾ ਹੈ ਉਹਦੀ ਪੂੰਛ ਜ਼ਰੂਰ ਵੱਢ ਕੇ ਰੱਖੀ ਦੇਣਾ ਹੈ ਕੀ ਉਹ ਸ਼ੋਅ ਖਾਤਰ ਹੈ ਜਾਂ ਫਿਰ ਉਹਦਾ ਕੀ ਮੰਤਵ ਭਾਈ ਸਾਹਿਬ ਜਿਹੜੀ ਪਿਟਬੂਲ ਦੀ ਗੱਲ ਕਰੀਏ ਪਿਟਬੂਲ ਦੀ ਪੂੰਛ ਨਹੀਂ ਵੱਡੀ ਜਾਂਦੀ ਹੈ ਜੋ ਪਹਿਲਾਂ ਪ੍ਰਥਾ ਪ੍ਰਚਲਿਤ ਸੀਗੀ ਆ ਕਿ ਡੌਗ ਸੇ ਆਮ ਲਾਫ ਵਿਦ ਮਾਈ ਟੇਲ ਕੁੱਤਾ ਕਿਹਾ ਜਾਂਦਾ ਹੈ ਕਿ ਕੁੱਤਾ ਜਦ ਹੱਸਦਾ ਨਾ ਉਹ ਆਪਣੀ ਪੂੰਛ ਨੂੰ ਹਿਲਾਉਂਦਾ ਆ ਤੇ ਦੂਜੇ ਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਹੱਸ ਰਿਹਾ ਆ ਤੇ ਨਾਰਮਲ ਹੋ ਗਿਆ ਆ ਇਹ ਸ਼ਾਂਤ ਹੈ ਤੇ ਜਿਹੜਾ ਚੋਰ ਹੈ ਜਾਂ ਕੋਈ ਐਦਾਂ ਦਾ ਕ੍ਰਾਈਮਨਲ ਬੰਦਾ ਆ ਉਹ ਉਸ ਨੂੰ ਬਿਸਕਟ ਪਾ ਕੇ ਜਾਂ ਕੋਈ ਵੀ ਚੀਜ਼ ਪਾ ਕੇ ਉਹ ਇੱਥੇ ਉਸ ਨੂੰ ਉਹਨੂੰ ਵਿਊ ਮਿਲ ਜਾਂਦਾ ਹੈ ਕਿ ਇਹ ਕੁੱਤਾ ਸ਼ਾਂਤ ਹੈ ਤੇ ਇਹ ਐਗਰੈਸਿਵ ਨਹੀਂ ਹੈਗਾ ਆ ਪੂੰਛ ਕੱਟਣ ਦਾ ਮੋਟਿਵ ਇਹ ਸੀਗਾ ਕਿ ਉਥੋਂ ਜਿਹੜਾ ਅਨਨੋਨ ਪਰਸਨ ਹੈ ਉਸ ਨੂੰ ਇਹ ਪਤਾ ਨਹੀਂ ਰਹਿੰਦਾ ਹੈਗਾ ਉਹ ਇਹ ਇਸ ਚੀਜ਼ ਦਾ ਉਸ ਨੂੰ ਮਤਲਬ ਗਿਆਨ ਨਹੀਂ ਰਹਿੰਦਾ ਹੈਗਾ ਕਿ ਇਹ ਕੁੱਤਾ ਅਗਰੈਸਿਵ ਮੋਡ ਦੇ ਵਿੱਚ ਹੈਗਾ ਆ ਜਾਂ ਨਾਰਮਲ ਮੋਡ ਦੇ ਵਿੱਚ ਖੜਾ ਹੈਗਾ ਆ ਤੇ ਉਹ ਨੈਚੁਰਲ ਜੀ ਪੂਛ ਕੱਟੀ ਹੋਈ ਆ ਤਾਂ ਉਹ ਉਹਦਾ ਪਤਾ ਹੀ ਨਹੀਂ ਕਰ ਸਕਦਾ ਹੈਗਾ ਆ ਕਿਉਂਕਿ ਉਹਦੀ ਪੂਛ ਤਾਂ ਹਿਲਦੀ ਨਹੀਂ ਪੂਛਦਾ ਆਲਰੇਡੀ ਕੱਟ ਚੁੱਕੇ ਹੈਗੇ ਆ ਉਹਦੀ ਤੇ ਉਹ ਸਿਰਫ ਇਸ ਨੂੰ ਜਿਹੜੇ ਗਾਰਡ ਡੌਗ ਸੀਗੇ ਜਿਸ ਦੇ ਵਿੱਚ ਰੌਡਵਿਲਰ ਆਂਦਾ ਸੀਗਾ ਆ ਬੁਲਡੌਗ ਆਂਦਾ ਸੀਗਾ ਆ ਔਰ ਨੈਪੋਲਟਨ ਮੈਸਟਿਫ ਆਂਦਾ ਸੀ ਇਹਨਾਂ ਦੀ ਪੂੰਛਾਂ ਨੂੰ ਕੱਟ ਦਿੱਤਾ ਜਾਂਦਾ ਸੀਗਾ ਆ ਬਿਕੋਜ਼ ਮੈਂ ਇਹ ਚਾਹਣਾ ਆ ਕਿ ਕਿਸੇ ਵੀ ਡੌਗ ਦੀ ਪੂੰਛ ਨੂੰ ਨਾ ਕੱਟਿਆ ਜਾਵੇ ਇਹ ਜਿਹੜੀ ਹੈਗੀ ਆ ਇੱਕ ਪ੍ਰਕਿਰਤੀ ਦੇ ਖਿਲਾਫ ਹੈਗਾ ਆ ਨਾ ਤੁਸੀਂ ਉਹਨਾਂ ਦੇ ਕੰਨਾਂ ਨੂੰ ਕਟਾਓ ਤੇ ਨਾ ਉਹਨਾਂ ਦੀ ਪੂੰਛਾਂ ਨੂੰ ਕਟਾਓ ਕਿਉਂਕਿ ਉਹ ਵੀ ਇੱਕ ਬੱਚੇ ਨੇ ਉਹਨਾਂ ਦੇ ਵਿੱਚ ਵੀ ਇੱਕ ਜਾਨ ਆ ਉਹਨਾਂ ਨੂੰ ਵੀ ਓਨੀ ਪੇਨ ਹੁੰਦੀ ਹੈ ਜਿੰਨਾ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਪੇਨ ਹੁੰਦੀ ਹੈਗੀ ਆ ਤੇ ਇਹਦਾ ਬਸ ਇਹੀ ਮੋਟਿਵ ਸੀਗਾ ਜੀ ਕਿ ਲੋਕਾਂ ਦਾ ਕਿ ਜੇ ਅਸੀਂ ਆਪਣੇ ਫਾਰਮ ਹਾਊਸ 'ਚ ਛੱਡ ਰਹੇ ਹਾਂ ਆਪਣੇ ਘਰ ਦੇ ਵਿੱਚ ਛੱਡ ਰਹੇ ਹਾਂ ਉਹਦੀ ਪੂੰਛ ਕਟਾ ਦਿਓ ਜੀ ਤਾਂ ਕਿ ਕਿਸ ਨੂੰ ਇਹ ਪਤਾ ਨਾ ਚੱਲੇ ਕਿ ਇਹ ਨਾਰਮਲ ਖੜਾ ਹੈ ਜਾਂ ਐਬਨਾਰਮਲ ਹੈ ਦੇਖੋ ਜੀ ਅਕਸਰ ਅਸੀਂ ਜਿਹੜਾ ਹੈਗਾ ਆ ਯੂਜ਼ ਕਰਦੇ ਆ ਇਦਾਂ ਦੀ ਲੀਜਾਂ ਆਪਣੇ ਕੁੱਤੇ ਨੂੰ ਫੜਨ ਵਾਸਤੇ ਤੇ ਉਹਦੇ ਵਿੱਚ ਕੀ ਹੁੰਦਾ ਆ ਇਹ ਜਿਹੜਾ ਦੇਸੀ ਹੁੱਕ ਹੈਗਾ ਅਸੀਂ ਯੂਜ਼ ਕਰਦੇ ਆ ਜਾਂ ਆਪਾਂ ਇੱਕ ਨਾਰਮਲ ਜਿਹੜਾ ਹੁੱਕ ਲੀਜਾਂ 'ਚ ਲੱਗਿਆ ਹੁੰਦਾ ਯੂਜ਼ ਕਰਦੇ ਆ ਟੁੱਟ ਜਾਂਦੇ ਨੇ ਹੈਵੀ ਡੌਗ ਆ ਉਹ ਤੋੜ ਦਿੰਦੇ ਨੇ ਬੜੀ ਜਲਦੀ ਟੁੱਟ ਜਾਂਦੇ ਨੇ ਇਹ ਆਪਾਂ ਇਦਾਂ ਦਾ ਵੀ ਹੁੱਕ ਯੂਜ਼ ਨਹੀਂ ਕਰਨਾ ਮੈਂ ਤੁਹਾਨੂੰ ਦਿਖਾਣਾ ਆ ਇਹ ਵੀ ਡੌਗ ਆਪਣੇ ਆਪ ਖੁਲਾ ਲੈਂਦੇ ਨੇ ਇਦਾਂ ਦਾ ਹੁੱਕ ਯੂਜ਼ ਨਹੀਂ ਕਰਨਾ ਹੈਗਾ ਆ ਮੈਂ ਤੁਹਾਨੂੰ ਦਿਖਾਉਣਾ ਆ ਕਿ ਹਮੇਸ਼ਾ ਜਿਹੜਾ ਹੈ ਇੱਦਾਂ ਦਾ ਹੁੱਕ ਯੂਜ਼ ਕਰਨਾ ਹੈਗਾ ਯਾ ਇੱਦਾਂ ਦਾ ਜਿਸ ਦੇ ਉੱਪਰ ਚੂੜੀ ਚੜੀ ਹੋਣੀ ਆ ਆਪਾਂ ਇੱਕ ਪਾ ਕੇ ਉਸ ਨੂੰ ਇੱਦਾਂ ਬੰਦ ਕਰ ਸਕਦੇ ਆ ਫਿਰ ਤੋਂ ਇਲਾਵਾ ਫਿਰ ਉਸ ਨੂੰ ਕੋਈ ਖੋਲ ਨਹੀਂ ਸਕਦਾ ਹੈਗਾ ਕੋਈ ਵੀ ਡੌਗ ਉਸ ਨੂੰ ਖੋਲ ਨਹੀਂ ਸਕਦਾ ਹੈਵੀ ਤੋਂ ਹੈਵੀ ਡੌਗ ਇੱਦਾਂ ਦਾ ਜਿਹੜਾ ਹੈਗਾ ਹੁੱਕ ਅਸੀਂ ਯੂਜ਼ ਕਰਨਾ ਹੈਗਾ ਯਾ ਸੋ ਦੈਟ ਅੱਛਾ ਰਿਚੀ ਸਾਰੀਆਂ ਚਲੋ ਗੱਲਾਂ ਹੋ ਗਈਆਂ ਮੈਂ ਆਪਣਾ ਜੋ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਸਾਡਾ ਸੀਗਾ ਕਿ ਪਿਟਬੁਲ ਦੇ ਜਾਨ ਨੂੰ ਕਿਵੇਂ ਛਡਾਇਆ ਜਾਵੇ ਅਗਰ ਉਹ ਬੱਚੇ ਨੂੰ ਕਿਸੇ ਨੂੰ ਫੜ ਲੈਂਦਾ ਤਾਂ ਕਿਸ ਤਰ੍ਹਾਂ ਨਾਲ ਉਸ ਨੂੰ ਭਾਵੇਂ ਵੱਡੇ ਨੂੰ ਵੀ ਫੜ ਲਵੇ ਤਾਂ ਉਸ ਦਾ ਲੋਕ ਕਿਵੇਂ ਖੋਲਿਆ ਜਾਣਾ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਉਸ ਚੀਜ਼ ਬਾਰੇ ਜਰੂਰ ਪਤਾ ਲੱਗਿਆ ਹੋਣਾ ਕਿ ਕਿਸ ਤਰ੍ਹਾਂ ਪਾਉ ਲੋਕ ਖੋਲਣਾ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਹੋਰ ਹੈ ਕਿ ਤੁਹਾਨੂੰ ਜੇਕਰ ਸੰਪਰਕ ਕਰਨਾ ਹੋਵੇ ਸਾਡੇ ਵਿਊਅਰਸ ਨੇ ਤਾਂ ਉਹਨੂੰ ਤੁਹਾਨੂੰ ਕਿਵੇਂ ਸੰਪਰਕ ਕਰ ਸਕਦੇ ਨੇ ਤੁਹਾਡਾ ਕੋਈ ਫੇਸਬੁੱਕ ਪੇਜ ਜਾਂ ਤੁਹਾਡਾ ਕੋਈ ਜਗਾ ਸ਼ਾਪ ਉਹ ਜਰੂਰ ਦੱਸ ਦਿਓ ਸਾਨੂੰ ਅ ਦੋਸੋ ਮੈਂ ਸਾਰਿਆਂ ਨੂੰ ਅਵੇਅਰ ਕਰ ਰਿਹਾ ਪਿਛਲੇ 12 ਸਾਲਾਂ ਤੋਂ ਔਰ ਮੇਰੀ ਲਾਈਫ ਦਾ ਮੋਟਿਵ ਵੀ ਇਹੀ ਹੈ ਕੀ ਜੋ ਮੇਰੇ ਅੰਦਰ ਜਨਮजात ਨਰਸਰਗੀਕ ਗੁਣ ਹੈਗਾ ਆ ਤੇ ਮੈਂ ਉਹਨੂੰ ਲੋਕਾਂ ਦੇ ਨਾਲ ਸਾਂਝਾ ਕਰਾਂ ਜੋ ਪ੍ਰਮਾਤਮਾ ਨੇ ਮੈਨੂੰ ਇਹ ਗੁਣ ਦੇ ਕੇ ਭੇਜਿਆ ਹੈਗਾ ਆ ਮੈਂ ਉਹ ਆਪਣੇ ਭੈਣ ਭਰਾਵਾਂ ਤੱਕ ਪਚਾਵਾਂ ਤੇ ਮੈਂ ਚਾਹਨਾ ਹਾਂ ਕਿ ਤੁਸੀਂ ਮੇਰੇ ਫੇਸਬੁੱਕ ਪੇਜ ਜਿਸ ਦਾ ਨਾਮ ਹੈ ਰਿਸ਼ੀ ਥਾਪਰ ਤੁਸੀਂ ਸਰਚ ਕਰੋ ਰਿਸ਼ੀ ਥਾਪਰ ਡੌਗ ਬਿਹੇਵੀਅਰ ਡੌਗ ਟ੍ਰੇਨਰ ਤੇਰੇ YouTube ਤੇ ਮੇਰਾ ਚੈਨਲ ਹੈਗਾ ਰਿਸ਼ੀ ਥਾਪੜ ਡਾਕਟਰ ਇਨਰ ਡੌਗ ਬਿਹੇਵੀਅਰਸ ਤੁਸੀਂ ਸਰਚ ਕਰੋ ਮੈਨੂੰ ਇੱਕ ਵੌਇਸ ਮੈਸੇਜ ਦੇ ਨਾਲ ਉੱਥੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਦਿੱਕਤ ਆ ਰਹੀ ਹੈਗੀ ਜਾਂ ਤੇ ਮੈਂ ਬੈਠਾ ਹੈਗਾ ਆ ਤੁਸੀਂ ਮੇਰੇ ਆਨਲਾਈਨ ਕੋਰਸਸ ਨੂੰ ਜੁਆਇਨ ਕਰ ਸਕਦੇ ਹੋ ਔਰ ਮੈਂ ਤੁਹਾਨੂੰ ਇੱਕ ਮੇਨ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਟਰੇਨਰ ਤੋਂ ਅਨਟਰੇਨ ਟਰੇਨਰ ਤੋਂ ਕਿਸੇ ਵੀ ਐਧਾ ਦੇ ਟਰੇਨਰ ਤੋਂ ਆਪਣੇ ਕੁੱਤੇ ਨੂੰ ਟ੍ਰੇਨ ਨਾ ਕਰਾਓ ਕਿਉਂਕਿ ਟਰੇਨਰ ਜਿਹੜੇ ਹੈਗੇ ਆ ਜਿਆਦਾਤਰ ਕੁੱਤੇ ਨੂੰ ਮਾਰਦੇ ਨੇ ਉਹ ਤੁਹਾਡੀ ਅੱਖਾਂ ਦੇ ਅੱਗੇ ਨਹੀਂ ਟ੍ਰੇਨਿੰਗ ਕਰਾਣਗੇ ਉਹ ਕਹਿਣਗੇ ਕਿ ਅਸੀਂ ਟੈਰਿਸ ਤੇ ਲੈ ਜਾਂਦੇ ਆ ਜਾਂ ਅਸੀਂ ਬਾਹਰ ਘੁਮਾ ਲਿਆਈਏ ਤੁਸੀਂ ਰਿਲੈਕਸ ਹੋ ਜਾਂਦੇ ਹੋ ਕਿ ਵੀ ਸਾਡੇ ਕੁੱਤੇ ਨੂੰ ਇੱਕ ਟਰੇਨਰ ਘੁਮਾ ਕੇ ਲੈ ਕੇ ਆ ਰਹੇ ਆ ਤੇ ਘੁਮਾ ਲਿਓ ਤੇ ਫਿਰ ਉੱਥੇ ਉਹਦੇ ਛਟੀਆਂ ਥੁੱਡੇ ਮੁੱਕੇ ਮਾਰੇ ਜਾਂਦੇ ਨੇ ਜਿੱਥੇ ਕਰਕੇ ਉਹ ਕੁੱਤਾ ਅਗਰੈਸਿਵ ਹੋ ਜਾਂਦਾ ਆ ਟਰੇਨਰ ਨੂੰ ਤਾਂ ਕੁਝ ਨਹੀਂ ਕਹਿੰਦਾ ਕਿਉਂਕਿ ਉਹਨੇ ਉਹਨੂੰ ਉਸ ਨੂੰ ਕੁੱਟਤਾ ਬਟ ਜਦੋਂ 4 ਮਹੀਨੇ ਬਾਅਦ 5 ਮਹੀਨੇ ਬਾਅਦ ਤੁਸੀਂ ਉਸਤੇ ਉਹ ਕਮਾਂਡ ਕਰਦੇ ਹੋ ਜਾਂ ਟਰੇਨਰ ਕਹਿੰਦਾ ਕਿ ਆ ਲੋ ਸਟਿਕ ਤੁਸੀਂ ਇਦਾਂ ਸੈੱਟ ਕਰਾਣਾ ਆ ਤਾਂ ਫਿਰ ਤੁਹਾਨੂੰ ਅਟੈਕ ਕਰ ਦਿੰਦਾ ਤੁਹਾਡਾ ਹੀ ਡੌਗ ਕਿਉਂਕਿ ਉਹ ਹੀ برداشت ਨਹੀਂ ਕਰਦਾ ਕਿ ਇੱਕ ਮੇਰਾ ਘਰ ਦਾ ਮੈਂਬਰ ਮੇਰੇ ਤੇ ਛੱਟੀ ਚੱਕੇ ਜਾਂ ਮੈਨੂੰ ਕਮਾਂਡ ਕਰੇ ਤੇ ਉਹ ਅਟੈਕ ਕਰ ਦਿੰਦਾ ਬਹੁਤ ਬੁਰੀ ਤਰੀਕੇ ਨਾਲ ਕਿਉਂਕਿ ਹਰ ਰੋਜ਼ ਦੇ ਮੇਰੇ ਕੇਸਿਸ ਇਦਾਂ ਦੇ ਹੈਗੇ ਆ ਦੂਸਰੇ ਟ੍ਰੇਨਰਾਂ ਦੇ ਟ੍ਰੇਨ ਕੀਤੇ ਹੋਏ ਕੁੱਤੇ ਮੈਂ ਹੈਂਡਲ ਕਰਦਾ ਜਾਂ ਬਹੁਤ ਅਗਰੈਸਿਵ ਮੋਡ ਦੇ ਵਿੱਚ ਹੁੰਦੇ ਨੇ ਉਹ ਡੌਗ ਤੇ ਮੈਂ ਜਾ ਕੇ ਦੱਸ ਦਿਆਂ ਕਿ ਹਾਊ ਟੂ ਕੰਟਰੋਲ ਯੋਰ ਡੌਗ ਕਿੱਦਾਂ ਤੁਸੀਂ ਉਹਨੂੰ ਇੱਕ ਰਿਲੈਕਸੇਸ਼ਨ ਮੋਡ ਦੇ ਵਿੱਚ ਲੈ ਕੇ ਆ ਸਕਦੇ ਹੋ ਕਿੱਦਾਂ ਉਹਦਾ ਤੁਸੀਂ ਟੈਂਪਰਮੈਂਟ ਸੈੱਟ ਕਰ ਸਕਦੇ ਹੋ ਤਾਂ ਮੇਰਾ ਹੱਥ ਬਣ ਕੇ ਬੇਨਤੀ ਹੈਗੀ ਆ ਤੁਸੀਂ ਬਹੁਤ ਹੀ ਅੱਛਾ ਟ੍ਰੇਨਰ ਹੈਗਾ ਜਾਂ ਕੋਈ ਵੀ ਹੈ ਉਹ ਆਲ ਆਫ ਇੰਡੀਆ ਚਾਹ ਲੋ ਵਰਲਡ ਦੇ ਵਿੱਚ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਸਵਾਲ ਦਾ ਤੁਹਾਨੂੰ ਜਵਾਬ ਚਾਹੀਦਾ ਤਾਂ ਤੁਸੀਂ ਮੇਰੇ ਇਹ ਵੈਬਸਾਈਟਸ ਦੇ ਉੱਪਰ ਜਾ ਕੇ ਤੁਸੀਂ YouTube ਤੇ ਮੇਰੇ ਮੇਰੇ Facebook ਚੈਨਲ ਦੇ ਉੱਪਰ ਜਾ ਕੇ ਮੇਰੇ Instagram ਦੇ ਉੱਪਰ ਤੁਸੀਂ ਮੈਨੂੰ ਇਹ ਜਿਹੜਾ ਹੈਗਾ ਆ ਕੋਈ ਵੀ ਕੁਐਸਚਨ ਪੁੱਟ ਕਰ ਸਕਦੇ ਹੋ ਤੇ ਮੇਰੇ ਔਨਲਾਈਨ ਕੋਰਸਿਸ ਦੇ ਪਰ ਤੁਸੀਂ ਆ ਸਕਦੇ ਹੋ ਬਹੁਤ ਹੀ ਘੱਟ ਪੈਸੇ ਦੇ ਵਿੱਚ ਮੈਂ ਤੁਹਾਨੂੰ ਔਨਲਾਈਨ ਕੋਰਸਿਸ ਕਰਵਾਉਂਗਾ ਆ ਤੇ ਦੱਸੂਗਾ ਕਿੱਦਾਂ ਤੁਸੀਂ ਆਪਣੇ ਕੁੱਤੇ ਨੂੰ ਟ੍ਰੇਨ ਕਰ ਸਕਦੇ ਹੋ ਕਿੱਦਾਂ ਤੁਸੀਂ ਉਸ ਗਾਰਡ ਡੌਗ ਨੂੰ ਟ੍ਰੇਨ ਕਰ ਸਕਦੇ ਹੋ ਕਿੱਦਾਂ ਫੈਮਿਲੀਅਰ ਬਣਾ ਸਕਦੇ ਹੋ ਆਪਣੇ ਡੌਗ ਨੂੰ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਮੇਰਾ ਨੰਬਰ ਹੈ 9876434764 ਤੁਸੀਂ ਮੈਨੂੰ ਇੱਕ ਵੌਇਸ ਮੈਸੇਜ ਸੈਂਡ ਕਰੋ ਮੈਂ ਤੁਹਾਡੀ ਸਾਰੀ ਸਮੱਸਿਆ ਦਾ ਜਿਹੜਾ ਨਿਦਾਨ ਕਰ ਦੂੰਗਾ ਔਰ ਜੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਕੋਈ ਸਮੱਸਿਆ ਹੈ ਕੋਈ ਫੈਮਿਲੀ ਡੌਗ ਦਾ ਪੈਕ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੱਕ ਮਤਲਬ ਅਟੈਕਿੰਗ ਕਰਨ ਵਾਸਤੇ ਆਪਣੇ ਗਾਰਡ ਡੌਗ ਲੈਣਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਸਤੋ ਮੈਂ ਨੰਬਰ ਤੁਹਾਨੂੰ ਦੱਸ ਦਿੱਤਾ ਹੈਗਾ ਆ ਤੇ ਪਲੀਜ਼ ਬਿਨਾ ਐਕਸਪੀਰੀਅੰਸ ਹੋ ਕਿਸੇ ਵੀ ਟ੍ਰੇਨਰ ਤੋਂ ਆਪਣੇ ਡੌਗ ਨੂੰ ਟ੍ਰੇਨ ਨਾ ਕਰੋ ਉਹਨੂੰ ਆਪਣੇ ਬੱਚੇ ਨੂੰ ਉਸਦੇ ਹੱਥ ਦੇ ਵਿੱਚ ਨਾ ਦੇਵੋ ਕਿਉਂਕਿ ਉਹ ਤੁਹਾਨੂੰ ਫਿਰ ਫਿਊਚਰ ਦੇ ਵਿੱਚ ਨੁਕਸਾਨ ਕਰੇ ਹਮ ਬਸ ਜੀ ਇਹੀ ਕਹਿਣਾ ਚਾਹੁੰਦਾ ਥੈਂਕ ਯੂ ਵੈਰੀ ਮੱਚ ਰੇਸ਼ੀ ਜੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਜੋ ਸਾਡੇ ਦਰਸ਼ਕ ਜਿੰਨੇ ਵੀ ਵਿਊਅਰਸ ਮੇਰੇ ਦੇਖ ਰਹੇ ਹੋਣਗੇ ਜਰੂਰ ਮੈਨੂੰ ਲੱਗਦਾ ਉਮੀਦ ਹੈ ਕਿ ਇਨਾਂ ਲਈ ਇਹ ਵੀਡੀਓ ਲਾਹੇਵੰਦ ਜਰੂਰ ਹੋਏਗੀ ਕਿ ਬਹੁਤ ਸਮੱਸਿਆ ਵੱਡੀਆਂ ਨਾਟ ਓਨਲੀ ਪਿਟਬੁੱਲ ਇਹ ਜਿਹੜੇ ਲੋਕਲ ਕੋਈ ਘਰੇਲੂ ਕੁੱਤੇ ਹੁੰਦੇ ਨੇ ਆਮ ਆਵਾਰਾ ਕੁੱਤਿਆਂ ਤੇ ਤੋਂ ਵੀ ਇਹ ਚੀਜ਼ਾਂ ਨਾਲ ਸਮਾਧਾਨ ਪਾਇਆ ਜਾ ਸਕਦਾ ਮਤਲਬ ਕਿ ਬਚਾਅ ਕੀਤਾ ਜਾ ਸਕਦਾ ਜੇਕਰ ਤੁਹਾਡੇ ਤੇ ਕੋਈ ਅਟੈਕ ਕਰਦਾ ਤਾਂ ਪਹਿਲੀ ਤਾਂ ਗੱਲ ਘਬਰਾਉਣਾ ਨਹੀਂ ਬਾਕੀ ਜੋ ਤੁਸੀਂ ਗੱਲਾਂ ਸੁਣੀਆਂ ਨੇ ਰਿਸ਼ੀ ਥਾਪਰ ਜੀ ਦੀਆਂ ਇਹ ਸਾਰੀਆਂ ਤੁਸੀਂ ਜ਼ਰੂਰ ਆਪਣੇ ਨੋਟ ਕਰਕੇ ਰੱਖਣੀਆਂ ਨੇ ਕਿ ਕਿਵੇਂ ਇਹਨਾਂ ਤੋਂ ਬਚਾ ਜਾ ਸਕੇ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਜ਼ਰੂਰ ਕਰ ਦੇਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਫਰੈਂਡਸ ਦੇ ਨਾਲ ਦੋਸਤਾਂ ਮਿੱਤਰਾਂ ਨਾਲ ਤਾਂ ਜੋ ਉਹਨਾਂ ਤੱਕ ਇਹ ਮੈਸੇਜ ਪਹੁੰਚ ਸਕੇ ਕਿ ਪਿਟਬੋਲ ਦੇ ਜਾਤੋਂ ਕਿਵੇਂ ਬਚਿਆ ਜਾ ਸਕੇ ਪਿਟਬੋਲ ਦੇ ਜੋ ਨੇ ਗ੍ਰਿਪ ਪਾਇਆ ਤਾਂ ਤੋਂ ਕਿਵੇਂ ਲੋਕ ਨੂੰ ਅਨਲੌਕ ਕਿਵੇਂ ਕਰਨਾ ਸੋ ਜਲਦੀ ਨਵੀਂ ਵੀਡੀਓ ਲੈ ਕੇ ਮੈਂ ਬਹੁਤ ਜਲਦੀ ਹਾਜ਼ਰ ਹੋਊਂਗਾ ਮੈਨੂੰ ਯਾਦਵਿੰਦਰ ਸਿੰਘ ਤੂਰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ